ਹੁਣ ਕਦੀ ਪਿੰਡ ਵੇਖਣ ਨੂੰ ਦਿਲ ਕੀਤਾ ਆਪਣਾ ਦਿਲ ਤਾਂ ਹਰ ਵੇਲੇ ਦੇਖਾ ਕਿੰਨਾ ਵੇਖ ਨਹੀਂ ਹੁੰਦਾ ਲੁਕ ਲੁਕ ਕੇ ਤਾਂ ਨਿਕਲੇ ਬਹਾਦਰੀ ਨਾਲ ਨਿਕਲੇ ਬਹਾਦਰੀ ਕੌਣ ਬਣਦਾ ਕਿੱਥੇ ਗਾਡ ਲੈਣਾ ਇੱਥੋਂ ਰਾਗੋਵਾਲ ਮੋੜੀਆਂ ਸਹਾਰਨਾ ਸਹਾਰਨਾ ਤੇ ਨਾਨਕੇ ਕਿਹੜੇ ਪਿੰਡ ਸੀ ਮੋੜੀ ਮੋੜੀ ਲੁਹਾਰ ਸਵਾ ਫੀਨਾ ਸਿੰਘ ਸੀ ਉਹਦਾ ਨਾਂ ਫੀਨਾ ਸਿੰਘ ਹਾਂਜੀ ਲੁਹਾਰ ਤੁਹਾਡਾ ਸੀ ਹਾਂਜੀ ਅੱਛਾ ਤਾਇਆ ਹਾਰ ਸੀ ਸਾਥ ਬੈਠਦੇ ਸੀ ਉਹ ਵਾਹ ਜੀ ਵਾਹ ਉਹਦੇ ਚਾਰ ਪੁੱਤ ਸੀ ਉਹ ਸਾਨੂੰ ਤੋੜ ਕੇ ਗਏ ਸੀ ਅੱਛਾ ਤੋੜ ਕੇ ਗਏ ਸੀ ਵਾਹ ਜੀ ਵਾਹ ਉਹ ਬੁੱਢਾ ਲਾਉਂਦਾ ਸੀ ਚਲੋ ਜੀ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਉਹਨਾਂ ਖਾਨਦਾਨ ਦੇ ਵਿੱਚੋਂ ਹੀ ਕੋਈ ਮਿਲ ਜਾਵੇ ਤੁਹਾਡੇ ਨਾਲ ਗੱਲ ਕਰਵਾ ਦਈਏ ਤੁਹਾਨੂੰ ਉਹ ਪਿੰਡ ਵਿਖਾ ਦੇਣ ਵੀਡੀਓ ਬਣਾ ਕੇ ਭੇਜ ਦੇਣ ਸਟੇਸ਼ਨ ਦਾ ਤਾਂ ਮੈਨੂੰ ਪਤਾ ਨਹੀਂ ਜੰਗਲ ਜਿਹਾ ਸੀ ਅੱਛਾ ਉੱਥੇ ਫਾਇਰਿੰਗ ਵੀ ਹੋਈ ਸੀ ਤੇ ਸਾਨੂੰ ਨਾ ਫੌਜ ਨੇ ਬਚਾਇਆ ਸੀ ਅੱਛਾ ਫੌਜ ਨੇ ਬਚਾਇਆ ਸੀ ਇੱਧਰੋਂ ਇੱਕ ਲਾਈਨ ਆਉਂਦੀ ਸੀ ਜਿਹੜੀ ਤੇ ਅਸੀਂ ਆਉਂਦੇ ਸੀ ਉਹ ਇੱਦਾਂ ਰੱਖ ਲਓ ਵੀ ਇੱਦਾਂ ਸਿੱਧੀ ਆਈ ਸੀ ਤੁਰਿਆ ਜਾਂਦਾ ਕਾਫਲਾ ਜਾਂਦਾ ਸੀ ਤਾਂ ਵਿੱਚ ਗੱਲਾਂ ਕਰਨ ਵਾਲੇ ਹੁੰਦੇ ਨਾ ਉਹ ਕਹਿਣ ਵੀ ਇਹਨਾਂ ਦੀ ਕੋਈ ਪੁਰਾਣੀ ਜੇਲ ਸੀ ਰਾਣੀ ਉਹ ਵੀ ਜਾਂਦਾ ਸੀ ਉਹਨੇ ਕਰਨਾ ਸੀ ਜਿਹੜਾ ਸਭ ਤੋਂ ਬੜਾ ਸੀ ਇੱਕ ਦਾ ਨਾਂ ਸੀ ਤੇਰਾ ਇੱਕ ਦਾ ਨਾਂ ਸੀ ਰਲਾ ਸਲਾਮ ਵਾਲੇਕਮ ਜੀ ਅਸੀਂ ਇਸ ਟਾਈਮ ਜੀ ਸਮੁੰਦਰੀ ਸ਼ਹਿਰ ਦੇ ਵਿੱਚ ਪਹੁੰਚ ਗਏ ਹਾਂ ਅਤੇ ਅਸੀਂ ਅੱਜ ਜਾ ਰਹੇ ਹਾਂ ਪਿੰਡ ਚੱਕ 217 GB ਅਤੇ ਇੱਕ ਸਾਨੂੰ ਇੰਡੀਆ ਦਾ ਰਿਕੁਐਸਟ ਆਈ ਸੀ ਅਤੇ ਉੱਥੇ ਉਹਨਾਂ ਦਾ ਪਿੰਡ ਅਤੇ ਉਹਨਾਂ ਦਾ ਦੋਸਤ ਲੱਭਣ ਜਾ ਰਹੇ ਹਾਂ ਦੁਆ ਕਰੋ ਅਗਰ ਉਹ ਜ਼ਿੰਦਾ ਹੋਣ ਅਤੇ ਸਾਡੀ ਅਸੀਂ ਉਹਨਾਂ ਦੀ ਮੁਲਾਕਾਤ ਕਰਵਾ ਦਈਏ ਅਤੇ ਬਾਕੀ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਸਾਹਮਣੇ ਪਿੰਡ 'ਚ ਪਹੁੰਚ ਗਏ ਹਾਂ ਜਿਹਦਾ ਨਾਂ ਹੈ ਚੱਕ 217 GB ਇੱਥੇ ਗੁਜਰਾਂ ਦਾ ਸਾਰਾ ਪਿੰਡ ਅਤੇ ਗੁਜਰ ਆਬਾਦੀ ਹੈ ਸਾਰੇ ਪਿੰਡ ਦੀ ਵੇਖਦੇ ਹਾਂ ਜੀ ਬਜ਼ੁਰਗਾਂ ਦਾ ਜਿਹੜਾ ਹਿੰਦੁਸਤਾਨ 'ਚ ਉਹਨਾਂ ਨੇ ਇੰਟਰਵਿਊ ਦਿੱਤਾ ਸੀ ਉਹਨਾਂ ਦਾ ਉਹ ਯਾਰ ਜਿਹੜਾ ਸੀ ਮੁਹੰਮਦ ਸਦੀਕ ਰਿਟਾਇਰਡ ਮਾਸਟਰ ਸਨ ਸ਼ਾਇਦ ਅਤੇ ਉਹ ਮਿਲਦੇ ਨੇ ਅਤੇ ਦੇਖਦੇ ਹਾਂ ਉਹਨਾਂ ਦੀ ਗੱਲਬਾਤ ਕਰਾਵਾਂਗੇ ਹੈ ਜੀ ਅਸੀਂ ਇਸ ਟਾਈਮ ਪਿੰਡ ਪਹੁੰਚ ਗਏ ਹਾਂ ਸਮੁੰਦਰੀ ਦੇ ਲਾਗੇ ਪਿੰਡ ਸੀ ਅਤੇ ਸੁਖਵਿੰਦਰ ਗਿੱਲ ਸਾਹਿਬ ਨੇ ਸਾਨੂੰ ਕਿਹਾ ਸੀ ਕਿ ਇਸ ਪਿੰਡ ਜਾਓ ਅਸੀਂ ਉਹਨਾਂ ਦੇ ਬੇਟੇ ਨੇ ਸਾਹਮਣੇ ਜਾ ਰਹੇ ਉਹਨਾਂ ਨੇ ਪੁੱਛਿਆ ਕਿ ਬਾਲਕ ਸਾਹਿਬ ਅਤੇ ਉਹਨਾਂ ਦੇ ਵਾਹਵਾ ਦੇਰ ਹੋ ਗਈ ਬਹੁਤ ਹੋ ਗਏ ਨੇ ਅਤੇ ਹੁਣ ਕੋਈ ਹੋਰ ਬਜ਼ੁਰਗ ਸਾਨੂੰ ਮਿਲਾਉਣ ਲੱਗੇ ਨੇ ਇਸ ਪਿੰਡ ਦੇ ਬੜੇ ਬੜੇ ਖੁੱਲ੍ਹੇ ਰੋਡ ਨੇ ਜੀ ਪਿੰਡਾਂ ਦੇ ਲੱਖਾ ਸੁਣਿਆ ਲੱਖਾ ਸਹੀ ਹੋ ਗਿਆ ਕਿੰਨੀ ਕੁ ਉਮਰ ਹੋ ਗਈ ਆਪਣੀ 10-12 ਸਾਲ ਦਾ ਸੀਗਾ 10-12 ਸਾਲ ਦੇ ਸੀ ਕਿਹੜੀ ਬਰਾਦਰੀ ਆਪਣੀ ਗੁੱਜਰ
ਤੇ ਗੋਤ ਕਿਹੜੀ ਹੈ? ਖਟਾਣਾ। ਖਟਾਣਾ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੱਛੇ ਹਿੰਦੁਸਤਾਨ 'ਚ ਆਪਣਾ ਕਿਹੜਾ ਪਿੰਡ ਸੀ? ਕੋਲੀਆਂ। ਕੋਲੀਆਂ, ਇਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਦੁਨੀਆ ਸਾ ਡੋਗਰਾਂ ਦਾ ਪਿੰਡ। ਪਾਲਮਾ ਸੀਗਾ ਸਿੱਖਾਂ ਦਾ ਪਿੰਡ। ਅੱਛਾ। ਝੋਲੀ ਸੀਗਾ ਬਾਹਮਣਾਂ ਦਾ ਪਿੰਡ। ਕੋਕੋਏ ਸੀਗੇ ਉਹ ਵੀ ਸਿੱਖਾਂ ਦਾ। ਅੱਛਾ। ਅੱਜ ਹੋਰ ਅਸੀਂ ਉਹਨੇ ਜਿਹੜਾ ਤੁਹਾਡਾ ਪਿੰਡ ਸੀ ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਇੱਥੇ ਗੁੱਜਰੇ ਸਾਰੇ। ਗੁੱਜਰ ਹੀ ਸਾਰੇ? ਇਹ ਸਾਰੇ ਗੁੱਜਰ। ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਸੀ? ਉਹ ਪਿੱਛੋਂ ਸਾਡੀ ਤਹਿਸੀਲ ਤਾਂ ਸੀਗੀ ਦਸੂਆ। ਦਸੂਆ ਤੇ ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਬਾਬਾ ਸੇਵਾ ਜੀ। ਅੱਛਾ ਬਜ਼ੁਰਗੋ, ਲੰਬੜਦਾਰ ਕਿੰਨੇ ਸੀ ਪਿੰਡ ਦੇ? ਇੱਕ ਲੰਬੜਦਾਰ ਸੀ। ਕੀ ਨਾਂ ਸੀ ਲੰਬੜਦਾਰ ਦਾ? ਹਾਕਮ। ਹਾਕਮ ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦ ਇੱਕ। ਇੱਕ ਮਸਜਿਦ ਸੀ। ਕੱਚੀ ਸੀ ਕਿ ਪੱਕੀ? ਪੱਕੀ। ਅੱਛਾ, ਪੱਕੀ ਸੀ। ਸਹੀ ਹੋ ਗਿਆ। ਤੇ ਜਿਹੜੇ ਘਰ ਸੀ ਤੁਹਾਡੇ, ਉਹ ਪੱਕੇ ਹੁੰਦੇ ਸੀ ਜ਼ਿਆਦਾ ਕਿ ਕੱਚੇ? ਕੋਈ ਵਿੱਚ ਕੱਚਾ ਸੀ, ਕੋਈ ਵਿੱਚ ਪੱਕਾ ਸੀ। ਤੇ ਤੁਹਾਡਾ ਜਿਹੜਾ ਘਰ ਸੀ ਉਹ ਪੱਕਾ ਸੀ? ਪੱਕਾ ਸੀ। ਕੋਈ ਯਾਦ ਆਪਣਾ ਘਰ ਕਿਹੜੇ ਬਣੇ ਸੀ ਪਿੰਡ ਦੇ? ਕੱਚਾ ਵੀ ਹੋਊਗਾ, ਉਹ ਜੀ ਇੱਕ ਬਾਈ ਤੇ ਸੀ। ਅੱਛਾ, ਨੁੱਕਰ ਤੇ ਸੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਖੂਹ ਵੀ ਲੱਗੇ ਸੀ ਪਾਣੀ ਪੀਣ ਵਾਲੇ? ਹਾਂਜੀ। ਕਿੱਥੇ ਕਿੱਥੇ ਲੱਗੇ ਸਨ? ਇੱਕ ਜਮਾਰਾਂ ਦਾ ਖੂਹ ਸੀ, ਇੱਕ ਗੁੱਜਰਾਂ ਦਾ ਸੀ। ਅੱਛਾ। ਦੋ ਨਲਕੇ ਸੀ ਗੁੱਜਰਾਂ ਦੇ। ਅੱਛਾ, ਨਲਕੇ ਵੀ ਸੀ। ਹਾਂਜੀ। ਸਹੀ ਹੋ ਗਿਆ। ਤੇ ਜਿਹੜੀ ਜ਼ਮੀਨ ਸੀ ਆਪਣੀ ਉੱਥੇ, ਉਹ ਕਿਵੇਂ ਦੀ ਵਾਹੀ ਹੁੰਦੀ ਸੀ? ਨਹਿਰੀ ਪਾਣੀ ਲੱਗਦਾ ਸੀ ਕਿ ਖੂਹਾਂ ਦਾ? ਉਹ ਬਰਾਨੀ ਸੀ। ਅੱਛਾ, ਬਰਾਨੀ ਸੀ। ਸਹੀ ਹੋ ਗਿਆ। ਤੇ ਬਜ਼ੁਰਗੋ, ਡੇਰੇ ਸ਼ੇਰੇ ਬਣਾਏ ਹੁੰਦੇ ਸੀ ਕਿ ਪਿੰਡ ਦੇ ਵਿੱਚ ਹੀ ਮੱਝਾਂ ਸੀ? ਡੇਰੇ ਸੀਗੇ ਪਿੰਡੋਂ ਬਾਹਰ ਬਾਹਰ? ਹਾਂਜੀ। ਦੋ ਡੇਰਿਆਂ ਦਾ ਤਾਂ ਮੈਨੂੰ ਪੱਕਾ ਪਤਾ। ਕਿਹੜੇ ਕਿਹੜੇ ਨਾਂ ਦੇ ਵੱਜਦੇ ਸੀ ਡੇਰੇ? ਇੱਕ ਲੱਖਾ ਸੀ, ਉਹਦੇ ਪੁੱਤ ਸੀਗੇ ਛੇ। ਅੱਛਾ। ਇੱਕ ਪੀਰ ਵਾਈਫ ਸੀ, ਉਹਦੇ ਪੰਜ ਪੁੱਤ। ਅੱਛਾ। ਬਸ ਇੰਨਾ ਕੁ ਇਹਨਾਂ ਦਾ ਡੇਰਾ? ਇੰਨੇ ਕੁ ਡੇਰੇ ਆ। ਸਹੀ ਹੋ ਗਿਆ। ਪਿੰਡ ਦੇ ਵਿੱਚ ਚਮਾਰਾਂ ਦੇ ਵੀ ਘਰ ਹੈ ਸਨ? ਚੰਗੀ ਪੱਤੀ ਸੀਗੀ। ਚੰਗੀ ਪੱਤੀ ਸੀ? ਹਾਂਜੀ। ਚਮਾਰ ਜ਼ਿਆਦਾ ਸੀ ਸਮਾਂ। ਅੱਛਾ। ਤੇ ਕੋਈ ਨਾਂ ਯਾਦ ਹੋਵੇ ਤੁਹਾਨੂੰ ਉਹਨਾਂ ਦਾ? ਜਿਹੜਾ ਸਭ ਤੋਂ ਬੜਾ ਸੀ, ਇੱਕ ਦਾ ਨਾਂ ਸੀ ਤੇਰਾ, ਇੱਕ ਦਾ ਨਾਂ ਸੀ ਰਲਾ, ਤੇ ਜਿਹੜਾ ਤੁਹਾਡੇ ਨਾਲ ਕੰਮ ਕਰਦਾ ਹੁੰਦਾ ਸੀ ਉਹਦਾ ਨਾਂ ਰਲਾ ਸੀ। ਅੱਛਾ, ਰਲਾ ਸੀ। ਉਹਦੇ ਬਾਪ ਦਾ ਨਾਂ ਤੇਰਾ ਸੀ। ਅੱਛਾ, ਬਾਪ ਦਾ ਨਾਂ ਤੇਰਾ ਸੀ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਰਾਗੋਵਾਲ, ਮੋੜੀਆਂ, ਸਹਾਰਨਾ। ਸਹਾਰਨਾ। ਤੇ ਨਾਨਕੇ ਕਿਹੜੇ ਪਿੰਡ ਸੀ? ਮੋੜੀ। ਮੋੜੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਤੁਹਾਡੇ ਗੁੱਜਰ ਫੈਮਿਲੀ ਰਹਿੰਦੀ ਸੀ ਸਾਰੀ? ਹਾਂਜੀ। ਆਲੇ ਦੁਆਲੇ ਸਿੱਖਾਂ ਦੇ ਤੇ ਹਿੰਦੂਆਂ ਦੇ ਪਿੰਡ ਸਨ, ਕੋਈ ਆਪਸ 'ਚ ਲੜਾਈ ਝਗੜਾ ਤਾਂ ਨਹੀਂ ਸੀ ਹੈ? ਨਹੀਂ, ਕੋਈ ਨਹੀਂ ਸੀ। ਸਮਾਂ ਭੈਣ ਭਰਾਵਾਂ ਵਾਂਗੂ ਰਹਿੰਦੇ। ਅੱਛਾ। ਵਿਆਹਾਂ ਸ਼ਾਦੀਆਂ 'ਚ ਆਉਂਦੇ ਜਾਂਦੇ ਸੀ? ਆਉਂਦੇ ਜਾਂਦੇ ਸੀ। ਸਹੀ ਹੋ ਗਿਆ। ਜਿੱਦਾਂ ਜਿੱਦਾਂ ਕਿਸੇ ਦਾ ਸੱਜਣ ਮਿੱਤਰ, ਉੱਦਾਂ ਆਉਂਦੇ ਸੀ। ਤੁਹਾਡੇ ਕੋਈ ਬਜ਼ੁਰਗਾਂ ਦਾ ਸਿੱਖ ਯਾਰ ਬੇਲੀ ਆਉਂਦਾ ਹੋਵੇ ਤੁਹਾਡੇ ਡੇਰੇ ਤੇ ਤੁਹਾਨੂੰ ਯਾਦ ਹੋਵੇ? ਉਸ ਵੇਲੇ ਨਹੀਂ, ਉਮਰਾਂ ਕਿੱਥੇ ਸੀਗੀਆਂ। ਸ਼ਾਇਦ ਕਰਤਾਰ ਸਿੰਘ ਆਉਂਦਾ ਹੋਵੇ। ਅੱਛਾ, ਕਰਤਾਰ ਸਿੰਘ ਆਉਂਦਾ ਸੀ। ਸਹੀ। ਹੋਰ ਰਾਮ ਨਹੀਂ ਪਤਾ। ਤੇ ਪਿੰਡ ਦੇ ਵਿੱਚ ਸਕੂਲ ਹੈਗਾ ਸੀ? ਲਾਗੇ ਸੀਗਾ, ਪੱਸੀ ਸੀ। ਅੱਛਾ, ਉੱਥੇ ਸਕੂਲ ਸੀ? ਉੱਥੇ ਸਕੂਲ ਸੀ, ਕਈਆਂ ਪਿੰਡਾਂ ਦਾ ਸਕੂਲ ਸੀ। ਤੁਸੀਂ ਪੜ੍ਹਨ ਜਾਂਦੇ ਰਹੇ? ਨਹੀਂ। ਅੱਛਾ, ਤੁਸੀਂ ਨਹੀਂ ਸੀ ਪੜ੍ਹਦੇ? ਨਹੀਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਉਹਨਾਂ ਦੱਸੋ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਉਹ ਤਾਂ ਤੁਹਾਨੂੰ ਯਾਦ ਉਹਨਾਂ ਨਾਲ ਸਾਰਾ ਕਿ ਕਿੱਦਾਂ ਨਿਕਲੇ ਤੁਸੀਂ, ਉਹਦੀ ਕਹਾਣੀ ਦੱਸੋ ਸਾਨੂੰ। ਚੋਰੀ ਨਿਕਲੇ ਸੀ ਰਾਤ ਨੂੰ। ਕੀ ਹੋਇਆ ਸੀ ਜਿਹੜਾ ਤੁਹਾਨੂੰ ਨਿਕਲਣਾ ਪਿਆ? ਮਾਰਦੇ ਸੀ।
ਸਿੱਖਿਆ ਸਿੱਖ ਜਿਹਨੂੰ ਕਹਿੰਦੇ ਹਿੰਦੂ। ਤੁਹਾਡੇ ਪਿੰਡ ਉੱਤੇ ਜੱਥਾ ਪਿਆ ਸੀ ਕੋਈ? ਜੱਥਿਆਂ ਦਾ ਕੋਈ ਇਤਿਹਾਸ ਹੈਗਾ ਪਤਾ? ਅੱਛਾ, ਕਿਹੜੀ ਗੱਲ ਹੈ, ਲੁੱਕ ਲੁੱਕ ਕੇ ਤਾਂ ਨਿਕਲੇ। ਅੱਛਾ, ਲੁੱਕ ਕੇ ਨਿਕਲੇ? ਆਹੋ ਜੀ, ਐਵੇਂ ਹੁਣ ਅਸੀਂ ਕਹੀਏ ਜੀ ਅਸੀਂ ਬਹਾਦਰੀ ਨਾਲ ਨਿਕਲੇ ਸੀ, ਸਾਡੇ ਉੱਥੇ ਬਹਾਦਰੀ ਕੌਣ ਬਣਦਾ? ਕਿੱਥੇ ਐਂ ਦਾ ਗਾਡ ਲੈਣਾ, ਕਿੱਥੇ ਕੋਈ ਇੱਥੋਂ ਕੀ ਕਰਾਂਗੇ। ਅੱਛਾ, ਜਦੋਂ ਆਪਣੇ ਪਿੰਡੋਂ ਨਿਕਲੇ ਹੋ ਕਿੱਧਰ ਨੂੰ ਤੁਰੇ? ਕੈਂਪ ਕਿੱਥੇ ਲੱਗਾ ਸੀ ਤੁਹਾਡਾ? ਦਸੂਏ। ਦਸੂਏ ਰਾਤ ਨੂੰ ਫਿਰ ਤੁਸੀਂ ਨਿਕਲ ਕੇ ਦਸੂਏ ਕੈਂਪ ਚਲੇ ਗਏ, ਉੱਥੇ ਕਿੰਨੀ ਦੇਰ ਰਹੇ? ਤੁਹਾਡੇ ਕੋਈ ਜੀ ਮਰੇ ਤੇ ਨਹੀਂ ਸੀ ਰਾਹ ਚ? ਅੱਛਾ, ਤੇ ਹਮਲਾ ਕਿੱਥੇ ਹੋਇਆ ਸੀ ਤੁਹਾਡੇ ਉੱਤੇ? ਤੁਸੀਂ ਦੱਸਿਆ ਹਮਲਾ ਵੀ ਹੋਇਆ ਸੀ। ਉਹ ਸਟੇਸ਼ਨ ਦਾ ਤਾਂ ਮੈਨੂੰ ਪਤਾ ਨਹੀਂ, ਜੰਗਲ ਜਿਹਾ ਸੀ। ਅੱਛਾ, ਉੱਥੇ ਫਾਇਰਿੰਗ ਵੀ ਹੋਈ ਸੀ ਤੇ ਸਾਨੂੰ ਨਾ ਫੌਜ ਨੇ ਬਚਾਇਆ ਸੀ। ਅੱਛਾ, ਫੌਜ ਨੇ ਬਚਾਇਆ ਸੀ। ਇੱਧਰੋਂ ਇੱਕ ਲਾਈਨ ਆਉਂਦੀ ਸੀ ਅਤੇ ਜਿਹੜੀ ਤੇ ਅਸੀਂ ਆਉਂਦੇ ਸੀ ਉਹ ਇੱਦਾਂ ਰੱਖ ਲਓ ਵੀ ਇੱਦਾਂ ਸਿੱਧੀ ਆਈ ਸੀ, ਇੱਧਰ ਆ ਕੇ ਇਹਨੇ ਬਚਾਇਆ ਸੀ ਸਾਨੂੰ। ਉਹ ਵੀ ਫੌਜ ਦੀ ਅੰਦਾਜ਼ ਤੋਂ ਉਹ ਫਿਰ ਸਾਨੂੰ ਗਾਂ ਛੱਡ ਕੇ ਗਏ ਸੀ। ਅੱਛਾ, ਜਦੋਂ ਬਜ਼ੁਰਗ ਉੱਥੇ ਫੌਜ ਨੇ ਤੁਹਾਨੂੰ ਬਚਾਇਆ ਸੀ, ਉਦੋਂ ਉੱਥੋਂ ਪਹਿਲੇ ਕੋਈ ਮਰੇ ਵੀ ਸਨ ਬੰਦੇ ਉੱਥੇ ਤੁਹਾਡੇ ਕਾਫਲੇ ਦੇ? ਨਹੀਂ। ਕਾਫਲਾ ਜਾਂਦਾ ਸੀ ਤਾਂ ਵਿੱਚ ਗੱਲਾਂ ਕਰਨ ਵਾਲੇ ਹੁੰਦੇ ਨਾ, ਉਹ ਕਹਿੰਦੇ ਇਹਨਾਂ ਦੀ ਕੋਈ ਪੁਰਾਣੀ ਜੇਲ ਸੀ। ਅੱਛਾ, ਸੀ ਪੁਰਾਣੀ ਕੋਈ ਵੀ ਜਾਂਦਾ ਸੀ, ਉਹਨੇ ਰਾਹ ਕੱਢਣਾ ਹੀ ਸੀ ਇੱਦਾਂ ਹੀ ਨਾ, ਉਹਦੇ ਉਹਨੇ ਗੋਲੀ ਮਾਰੀ। ਉਹ ਮੈਂ ਅੱਖਾਂ ਨਾਲ ਦੇਖਿਆ। ਇੱਥੇ ਆ ਕੇ ਫਿਰ ਇਸ ਪਿੰਡ ਕਿੱਦਾਂ ਆਏ ਜਦੋਂ ਪਾਕਿਸਤਾਨ ਪਹੁੰਚ ਗਏ? ਇੱਥੇ ਸਾਨੂੰ ਅੱਗੇ ਮੇਰੇ ਬਾਪ ਦਾ ਨਾਮ ਦਿੱਤਾ ਸੀ ਇੱਥੇ। ਹਾਂਜੀ, ਇੱਥੇ ਸਾਡੇ ਅੱਗੇ ਤਾਏ ਚਾਚੇ ਰਹਿੰਦੇ ਸੀ ਪਹਿਲਾਂ ਹੀ। ਹਾਂਜੀ। ਅੱਛਾ, ਜਿਹੜੇ ਅਸੀਂ ਉੱਥੇ ਰਹਿੰਦੇ ਸੀ ਉਹ ਉੱਥੇ ਆ ਗਏ। ਅੱਛਾ, ਇੱਧਰ ਆ ਗਏ ਸੀ। ਹੁਣ ਕਦੀ ਪਿੰਡ ਵੇਖਣ ਨੂੰ ਦਿਲ ਕੀਤਾ ਆਪਣਾ? ਦਿਲ ਤਾਂ ਹਰ ਵੇਲੇ ਦੇਖਾਂ, ਕਿੰਨਾ ਵੇਖ ਨਹੀਂ ਹੁੰਦਾ, ਇਹਦੇ ਬਜ਼ੁਰਗ ਮਰ ਗਏ ਨੇ ਇਹੀ ਤਰਸ ਤਰਸ ਕੇ। ਕੋਈ ਬਜ਼ੁਰਗੋ ਸੁਨੇਹਾ ਦੇਣਾ ਹੋਵੇ ਆਪਣੇ ਪਿੰਡਾਂ ਨੂੰ, ਦੇਖ ਲਓ ਤੁਹਾਡੇ ਪਿੰਡ ਤੱਕ ਵੀਡੀਓ ਜਾਣੀ ਹੈ। ਕੌਣ ਮੇਰਾ ਅਸਲ ਬਾਕਸ ਜਿਹੜੇ ਤੁਸੀਂ ਤੁਹਾਡੇ ਨਾਲ ਕੰਮ ਕਰਦੇ ਸੀ ਉਹਨਾਂ ਦੇ ਉਹ ਹੋਣਗੇ, ਉਹਨਾਂ ਦੇ ਬੱਚੇ ਹੋਣਗੇ, ਤੁਹਾਨੂੰ ਪਛਾਣ ਲੈਂਦੇ ਨੇ ਉਹ? ਸਾਡਾ ਲੋਹਾਰ ਸਵਾ ਫੀਨਾ ਸਿੰਘ ਸੀ ਉਹਦਾ ਨਾਂ। ਫੀਨਾ ਸਿੰਘ? ਹਾਂਜੀ, ਲੋਹਾਰ ਤੁਹਾਡਾ ਸੀ? ਹਾਂਜੀ। ਅੱਛਾ, ਚਲੋ ਜੀ, ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਉਹਨਾਂ ਖਾਨਦਾਨ ਦੇ ਵਿੱਚੋਂ ਹੀ ਕੋਈ ਮਿਲ ਜਾਵੇ, ਤੁਹਾਡੇ ਨਾਲ ਗੱਲ ਕਰਵਾ ਦਈਏ, ਤੁਹਾਨੂੰ ਉਹ ਪਿੰਡ ਵਿਖਾ ਦੇਣ, ਵੀਡੀਓ ਬਣਾ ਕੇ ਭੇਜ ਦੇਣ। ਛੋਟਾ ਜਿਹੜਾ ਸੀ ਉਹਨੂੰ ਕਾਕਾ ਸਾਦਾ ਸੀ। ਕਾਕਾ ਸਾਦੇ ਸੀ? ਹਾਂਜੀ। ਬੜੇ ਨੂੰ ਖੜੇ ਦੁਕਾਨ ਦੁਕਾਨ ਸਾਦੇ ਸੀ, ਇੱਦਾਂ ਦੇ ਸੀਗੇ। ਹੁਣ ਇੰਨਾ ਚਿਰ ਦੇ ਕਈ ਭੁੱਲ ਭੱਲ ਗਏ, ਤੁਹਾਡੀ ਵੈਸੇ ਵੀ ਉਮਰ ਬਹੁਤ ਜ਼ਿਆਦਾ ਹੋ ਗਈ। ਠੀਕ ਹੈ ਬਜ਼ੁਰਗ, ਇਨਸ਼ਾਅੱਲਾ ਨਾ ਕੋਸ਼ਿਸ਼ ਕਰਾਂਗੇ ਤੁਹਾਨੂੰ ਨਾ ਤੁਹਾਡਾ ਪਿੰਡ ਵੀਡੀਓ ਦੇ ਥਰੂ ਵਿਖਾ ਦਈਏ।
ਤੁਹਾਡੀ ਅਗਰ ਉਹ ਮਸਜਿਦ ਹੋਵੇ ਜੇ ਮਸਜਿਦ ਹੈਗੀ ਹੈ ਅਗਰ ਮਸਜਿਦ ਹੋਵੇ ਤੁਹਾਡੀ ਉਹ ਮਸਜਿਦ ਵਿਖਾ ਦੇਣ ਮਸਜਿਦ ਹੈਗੀ ਹੈ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਘਰ ਹੋਵੇ ਉਹ ਵਿਖਾ ਦੇਣ ਘਰ ਨਹੀਂ ਸੀਗਾ ठीक है बुजुर्गो बड़ा वधिया लगे गल बात करके जो तुम याद दसा बहुत शुक्रिया सब दा पंजाब चैनल नू सबसक्राइब करो ते बैल आइकन नूं भी दबा दिओ नवीं वीडियो देखने वास्ते।